ਅਸੀਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾ ਪਹੁੰਚੇ ਆ ਜਿੱਥੇ ਕਿ ਕਾਫੀ ਇਕਦਮ ਬਦਲਾਅ ਆਇਆ ਤੇ ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਆਏ ਹੋਏ ਨੇ। ਚੇਅਰਮੈਨ ਸਾਹਿਬ, ਅੱਜ ਤੁਸੀਂ ਲੱਖਣ ਕਲਾ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ, ਕੀ ਕਹਿਣਾ ਚਾਹੋਗੇ? ਪੂਰੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਸੁਨੇਹਾ ਦਿੰਦੇ ਹੁੰਦੇ ਸੀ ਕਿ ਪਹਿਲਾਂ ਤਾਂ ਕੋਸ਼ਿਸ਼ ਕਰੋ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੋ। ਇਹ ਕਾਫੀ ਬਦਲਾਅ ਆਇਆ ਪੰਜਾਬ 'ਚ, ਬੜੇ ਪੰਜਾਬ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ, ਪਰ ਕੁਛ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਲੋਕ ਅੜੇ ਰਹੇ। ਉਹਨਾਂ ਨੇ ਦੇਖਿਆ ਕਿ ਸਾਡਾ ਕਿਤੇ ਪੈਰਾਂ ਥੱਲੇ ਉਹ ਕੁਰਸੀ ਨਾ ਖਿਸਕ ਜਾਵੇ, ਇਸ ਕਰਕੇ ਉਹਨਾਂ ਲੋਕਾਂ ਨੇ ਆਪਣੀ ਅੜੀ ਦੇ ਵਿੱਚ ਆ ਕੇ ਚੰਗੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਮੁਕਾਬਲੇ ਆਪਣੀਆਂ ਜਿਹੜੀਆਂ ਫਾਰਮ ਭਰੇ। ਤੋ ਮੈਂ ਬੜਾ ਖੁਸ਼ ਨਸੀਬ ਆ ਕਿ ਅੱਜ ਪਿੰਡ ਲੱਖਣ ਕਲਾਂ ਦੇ ਵਿੱਚ ਆਇਆ ਹੈਗਾ। ਇੱਥੇ ਦੀ ਪੰਚਾਇਤ ਅਤੇ ਸਾਡੇ ਮਾਨਯੋਗ ਸਰਦਾਰ ਕੁਲਦੀਪ ਸਿੰਘ ਸੋਹਲ ਜੀ ਇੱਥੇ ਸਰਪੰਚ ਚੁਣੇ ਗਏ ਨੇ। ਤੋ ਸਾਬਕਾ ਫੌਜੀ ਵੀ ਨੇ ਅਤੇ ਜਿਹੜਾ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਘੰਟਾ ਘਰ ਸਕੂਲ ਦੇ ਵਿੱਚ ਐਜ਼ ਏ ਟੀਚਰ, ਉਹ ਵੀ ਇਹਨਾਂ ਨੇ ਦਿੱਤੀਆਂ ਹੈਗੀਆਂ। ਅਤੇ ਉਸ ਤੋਂ ਬਾਅਦ ਇਹ ਐਥਲੀਟ ਆਪਣਾ ਉਹਦੇ ਵਿੱਚ ਗੇਮ ਕਿਹੜੀ ਸੀਗੀ, ਐਥਲੀਟਿਕਸ ਦੇ ਵਿੱਚ ਇਹ ਜਿਹੜਾ ਇੰਟਰਨੈਸ਼ਨਲ ਜਿਹੜਾ ਇਹਨਾਂ ਨੇ 60+ ਗੋਲਡ ਮੈਡਲ ਵੀ ਜਿੱਤੇ ਹੋਏ ਨੇ। ਤੋ ਇਹੋ ਜਿਹੇ ਸਾਫ ਸੁਥਰੇ ਚਿਹਰੇ, ਨਵੇਂ ਚਿਹਰੇ ਜਿਹੜੇ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ, ਜਿਵੇਂ ਕਿ ਕਪੂਰਥਲੇ ਦੀ ਮੈਂ ਗੱਲ ਕਰਾਂ, ਇਕੱਲੇ ਕਪੂਰਥਲੇ ਹਲਕੇ ਦੇ ਵਿੱਚ ਨਵੇਂ ਚਿਹਰਿਆਂ ਨੂੰ ਪੰਜਾਬ ਦੇ ਲੋਕਾਂ ਨੇ, ਪਿੰਡਾਂ ਦੇ ਲੋਕਾਂ ਨੇ, ਪੰਚਾਇਤਾਂ ਨੇ ਜਿਹੜਾ ਚੁਣਿਆ ਹੈਗਾ। ਤੋ ਸਾਰੇ ਦੇ ਸਾਰੇ ਨਵੇਂ ਚਿਹਰੇ ਜਿਹੜੇ ਨੇ ਉਹ ਆਮ ਘਰਾਂ ਦੇ ਲੋਕਾਂ ਨੂੰ ਜਿਹੜਾ ਚੁਣ ਕੇ ਉਹਨਾਂ ਨੇ ਪੰਚਾਇਤ ਬਣਾ ਕੇ ਉਹਨਾਂ ਨੂੰ ਸਰਪੰਚ ਜਾਂ ਪੰਚ ਬਣਾਇਆ। ਤੇ ਬਹੁਤ ਖੁਸ਼ੀ ਦੀ ਗੱਲ ਹੈਗੀ, ਇੱਕ ਨਵਾਂ ਬਦਲਾਅ ਹੈਗਾ, ਨਵੇਂ ਲੋਕ ਆਣਗੇ, ਕੁਝ ਚੰਗਾ ਕਰਨਗੇ, ਕਿਉਂਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਲੋਕ ਜਿਹੜੇ ਇਲੈਕਸ਼ਨ ਲੜਦੇ ਹੁੰਦੇ ਸੀਗੇ ਉਹ ਪਿੰਡ ਦੇ ਵਿੱਚ ਘੱਟ ਲਗਾਉਂਦੇ ਸੀਗੇ ਤੇ ਆਪਣੀਆਂ ਜੇਬਾਂ ਦੇ ਵਿੱਚ ਪੈਸਾ ਜ਼ਿਆਦਾ ਭਰਦੇ ਹੁੰਦੇ ਸੀਗੇ। ਤੋ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਕਿ ਅੱਜ ਸਾਰੀ ਜਿਹੜੀ ਪੰਚਾਇਤ ਹੈਗੀ ਹੈ ਇੱਥੇ ਜਿੱਤੀ ਹੈਗੀ ਹੈ। ਤੇ ਮੈਂ ਇਹਨਾਂ ਨੂੰ ਖਾਸ ਤੌਰ ਤੇ ਸੋਹਲ ਸਾਹਿਬ ਨੂੰ, ਜਿਹੜੇ ਸਰਪੰਚ ਸਾਹਿਬ ਨਵੇਂ ਨਵ ਨਿਯੁਕਤ ਹੋਏ ਨੇ, ਇਹਨਾਂ ਨੂੰ ਮੈਂ ਸਨਮਾਨ ਦੇਣ ਆਇਆ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਜੀ। ਚੇਅਰਮੈਨ ਸਾਹਿਬ, ਦੇਖਣ ਚ ਆਇਆ ਕਿ ਜਿੰਨੇ ਪੰਜਾਬ ਚ ਰਿਜ਼ਲਟ ਆਏ ਪੰਚਾਇਤੀ ਚੋਣਾਂ ਦੇ, 70% ਦੇ ਕਰੀਬ ਆਮ ਆਦਮੀ ਪਾਰਟੀ ਝੋਲੀ ਚ ਪਈਆਂ ਵਾ ਪੰਚਾਇਤਾਂ, ਕੀ ਕਾਰਨ ਹੈ ਕਿ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ? ਦੇਖੋ ਜੀ, ਏਦਾਂ ਹੁੰਦਾ ਹੈ ਕਿ ਪਿੰਡਾਂ ਦੇ ਲੋਕ ਭਲੀ ਭਾਂਤ ਜਾਣਦੇ ਨੇ। ਜੇ ਕਿਸੇ ਪਿੰਡ ਦੇ ਵਿੱਚ ਐਗਜ਼ਾਮਪਲ ਹੈ 25 ਲੱਖ ਗ੍ਰਾਂਟ ਆਈ ਤੇ 5 ਲੱਖ ਪਿੰਡ ਦੇ ਵਿੱਚ ਲਗਾ ਕੇ 20-20 ਲੱਖ ਰੁਪਈਆ ਠੱਗੀਆਂ ਮਾਰ ਕੇ ਆਪਣੀਆਂ ਜੇਬਾਂ ਭਰ ਲੈਂਦੇ ਸੀ, ਲੋਕਾਂ ਨੂੰ ਪਤਾ ਸੀ ਕਿੱਥੇ ਇਹ ਠੱਗੀ ਵੱਜੀ ਹੋਈ ਆ, ਕਿਹੜੀਆਂ ਪੰਚਾਇਤਾਂ ਦੇ ਵਿੱਚ ਕੀ ਬੋਲ ਕੇ ਕਾਗਜ਼ਾਂ ਦੇ ਵਿੱਚ ਕੀ ਕੰਮ ਹੁੰਦੇ ਰਹੇ ਨੇ। ਇਸ ਕਰਕੇ ਲੋਕ ਜਿਹੜੇ ਹੈਗੇ ਨੇ ਅੱਕੇ ਹੋਏ ਸੀ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ, ਉਹਨਾਂ ਨੇ ਫਿਰ ਹੁਣ ਜਿਹੜਾ ਹੈਗਾ ਆ ਇਹ ਬਦਲਾਅ ਲਿਆਂਦਾ ਹੈਗਾ ਤੇ ਨਵੇਂ ਚਿਹਰਿਆਂ ਨੂੰ ਜਿਹੜੀ ਸੇਵਾ ਕਰਨ ਦਾ ਮੌਕਾ ਦਿੱਤਾ ਪਿੰਡਾਂ ਦੇ ਵਿੱਚ। ਤੁਸੀਂ ਇਸ ਵੇਲੇ ਚੇਅਰਮੈਨ ਹੋ ਪਿੰਡ ਲੱਖਣ ਕਲਾਂ ਦੇ ਵਿਕਾਸ ਵਿੱਚ, ਤੁਸੀਂ ਨਵੀਂ ਪੰਚਾਇਤ ਨੂੰ ਕਿੰਨਾ ਕੁ ਯੋਗਦਾਨ ਦਿਓਗੇ ਸਰਕਾਰ ਪੱਖੋਂ? 100% ਸਰਕਾਰ ਵੱਲੋਂ ਪੂਰਾ ਯੋਗਦਾਨ ਰਹੇਗਾ, ਜਿੰਨੀਆਂ ਗ੍ਰਾਂਟਾਂ ਆਣਗੀਆਂ ਪੂਰੀਆਂ ਦਿੱਤੀਆਂ ਜਾਣਗੀਆਂ। ਔਰ ਮੈਨੂੰ ਪੂਰਨ ਉਮੀਦ ਹੈਗੀ ਹੈ ਜਿੰਨੀ ਵੀ ਗ੍ਰਾਂਟ ਆਏਗੀ, ਮੈਨੂੰ ਤਾਂ ਇੱਦਾਂ ਹੈ ਕਿ ਇਹ ਸਰਪੰਚ ਸਾਹਿਬ ਸਾਡੇ ਇਹੋ ਜਿਹੇ ਨੇ ਕਿ ਜਿੰਨੀ ਗ੍ਰਾਂਟ ਆਏਗੀ ਪੱਲੇ ਹੋਰ ਪੈਸੇ ਪਾ ਕੇ ਪਿੰਡ ਦਾ ਵਿਕਾਸ ਕਰਨ ਵਾਲੇ ਨੇ। ਤੇ ਬਹੁਤ ਖੁਸ਼ੀ ਦੀ ਗੱਲ ਹੈ, ਇਮਾਨਦਾਰ ਚੰਗੀ ਸੱਚੀ ਸੁੱਚੀ ਸੋਚ ਔਰ ਸ਼ਾਂਤੀਪੂਰਵਕ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਨੂੰ ਮੈਂ ਸਮਰਪਿਤ ਹੋ ਕੇ ਇਹ ਸਾਰੀ ਪੰਚਾਇਤ ਨੂੰ ਇਸੇ ਲਈ ਵਧਾਈਆਂ ਦੇਣ ਆਇਆ ਜੀ। ਧੰਨਵਾਦ ਜੀ। ਤੇ ਕਾਫੀ ਨੇਕ ਇਨਸਾਨ ਜੀ ਕੁਲਦੀਪ ਸਿੰਘ ਸੋਹਲ ਸਰਪੰਚ ਬਣੇ ਨੇ, ਸੋਹਲ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਪਿੰਡ ਵਾਸੀਆਂ ਦਾ ਧੰਨਵਾਦੀ ਹਾਂ। ਮੈਂ 1978 ਦੇ ਵਿੱਚ ਮਿਲਟਰੀ 'ਚ ਭਰਤੀ ਹੋਇਆ ਤੇ 16 ਸਾਲ ਮੈਂ ਨੌਕਰੀ ਕੀਤੀ ਜੀ। ਉਸ ਤੋਂ ਬਾਅਦ ਵਿੱਚ ਮੈਂ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਰਿਹਾ ਜਿਹਦੇ ਵਿੱਚ 4 ਸਾਲ ਮੇਰੇ ਪਿੰਡ ਵਿੱਚ, 16 ਸਾਲ ਜਿਹਦੇ ਵਿੱਚੋਂ ਮੈਂ ਘੰਟਾ ਘਰ ਕੁੜੀਆਂ ਦੇ ਸਕੂਲ 'ਚ ਰਿਹਾ। ਬਹੁਤ ਜ਼ਿਆਦਾ ਇੱਕ 42 ਸਾਲ ਦਾ ਸਫ਼ਰ ਮੈਂ ਕਰਕੇ ਤੇ ਆਪਣੇ 2019 ਵਿੱਚ ਘਰ ਆ ਗਿਆ। ਬੱਚੇ ਵਿਦੇਸ਼ ਵਿੱਚ ਰਹਿਣ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਆ ਜਾਓ ਤੇ ਮੈਂ ਚਲਾ ਗਿਆ। ਲੇਕਿਨ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਕਿ ਪਿੰਡ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਪਿਆ, ਸਾਡੇ ਪਿੰਡ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਹੀ 2 ਨੌਜਵਾਨ ਬੱਚੇ ਸ਼ਮਸ਼ਾਨ ਘਾਟ ਚਲਾਉਣ ਗਏ। ਉਹਨਾਂ ਬੱਚਿਆਂ ਨੇ ਕਿਹਾ ਵੀ ਇਹ ਸਾਡੀ ਜਿਹੜੀ ਜਵਾਨੀ ਆ ਉਹ ਗਰਕਦੀ ਜਾ ਰਹੀ ਆ, ਕਿਉਂਕਿ ਮੇਰੇ ਪਹਿਲੇ ਬੈਚ ਦੇ ਬੱਚੇ 30 ਤੋਂ 35 ਵੱਖ ਵੱਖ ਦੇਸ਼ਾਂ ਵਿੱਚ ਬੈਠੇ ਨੇ। ਉਹਨਾਂ ਨੇ ਵੀ ਮੈਨੂੰ ਨਿਊਜ਼ੀਲੈਂਡ ਤੋਂ ਵਾਪਸ ਮੰਗਾਇਆ ਕਿ ਐਤਕੀ ਤੁਸੀਂ ਇਲੈਕਸ਼ਨ ਲੜੋ ਜੀ, ਤੇ ਮੈਂ ਉਹ ਇਲੈਕਸ਼ਨ ਲੜੀ ਆ ਕੇ। ਇਸ ਕਰਕੇ ਉਹਨਾਂ ਨੇ ਬੱਚਿਆਂ ਨੇ ਲਾਈਵ ਹੋ ਕੇ ਕਿਹਾ ਕਿ ਜੇ ਤੁਸੀਂ ਸਾਡੇ ਟੀਚਰ ਦਾ, ਕਿਉਂਕਿ ਮੈਂ ਪਿੰਡ ਦੇ ਵਿੱਚ ਹੀ ਟੀਚਰ ਹਾਂ ਪਿੰਡ ਦੇ ਸਕੂਲ 'ਚ ਹੀ, ਉਹਨਾਂ ਨੇ ਕਿਹਾ ਸੀ ਕਿ 20 ਲੱਖ ਰੁਪਈਆ ਅਸੀਂ ਦਿਆਂਗੇ ਆਪਣੇ ਗੁਰੂ ਦਰਸ਼ਨਾਂ ਦਾ, ਮੇਰੇ 'ਤੇ ਮਾਣ ਸੀ।
इंडियन साहब ने चेयरमैन साहब ने कहा सी 5 लाख साडी सरकार भी देगी सर्वसंमति दा। मैं 25 लाख जेब च पा के तुरना सी पिंड दे विकास लई, लेकिन जिन्हां दे अंदर बहुत एक वड्डी बीमारी जिन्हूं पकड़ विच उन्हां लोकां ने सारे पिंड दी ये मान सत्कार नूं ठुकरा के उल्टा किया कि सानूं पैसा दिखा के डरा रहे ने, जदकि पैसा पिंड वास्ते आउणा सी वो ठुकरा के। तो फिर पिंड दे लोकां ने कहा कि जे मन जांदे ने ते ठीक है, नहीं तो फिर इलैक्शन लड़ी जावे। तो इलैक्शन जीती है, ये मेरे 4 मैंबर ने जी, 5वां उत्थे जेतू करार दिता गया सी। क्यों? वो एक इदां दी न्यूट्रल पर्सनैलिटी पिंड दे विच परिवार है कि उन्होंने खिलाफ ना उन्होंने खड़ा किया ना असी किया। अज मोर अपनी ला सकते हैं कि साडा हो गया, पर नहीं, साडे 4 मैंबर फिर भी बहुमत लैके खड़े ने। असी पिंड का काम विकास दे विच तरक्की योगदान पावांगे। विकास विकास इदां जी, मैं गुरपाल सिंह नूं विश्वास दिवाना कि साडे पिंड नूं बहुत ज्यादा वड्डी ग्रांट की लोड़ भी नहीं पैनी चाहिए, क्योंकि साडे पिंड को 100 एकड़ जमीन है जी। साडे पिंड का ठेका 40 to 45 हज़ार चलता साल का, 30 नूं वी असीं दे दईए ते 30 लाख सानूं साल की आमदन है जी पिंड विच्चों ही। ते मैनूं ओह नहीं सी पता अज तक कित्थे कित्थे लगी है, किदां किदां गई है जी। खैर, सतगुरु नूं चढ़दी कला बख्शण, उन्होंने भी ड्यूटियां बहुत सोहणियां कीतियां, पर मैं उन्हें पारदर्शी ढंग नाल करांगा। विदेश विच्चों बच्चे अज भी कहिंदे ने कि गुरु दक्षिणा तुहानूं दिंदे रहांगे 5 साल, ते उहदे आसरे मैं पिंड दा विकास करने विच पूरा तनदेही नाल योगदान पावांगा। सरपंच साहब, जिहड़े पिछलियां सरकारां सी, पिछले सरपंच सी, उन्हां ते शिकायतां सीगियां कि तुहाडे पिंड च इक नशा भा विकदा, इक नजायज़ माइनिंग बहुत हुंदी आ, इह किद्दां रोकोगे? ਇਹ ਮੈਨੂੰ ਪ੍ਰਸ਼ਾਸਨ ਦੀ ਹਮਾਇਤ ਲੈਣੀ ਪਏਗੀ ਜੀ। ਇੱਕ ਸਰਪੰਚ ਪਿੰਡ ਦਾ ਮੁਖੀ ਹੁੰਦਾ, ਉਹਦਾ ਕੰਮ ਹੁੰਦਾ ਕਿ ਪ੍ਰਸ਼ਾਸਨ ਤੋਂ ਮੰਗ ਕਰਨੀ ਕਿ ਆਹ ਕੰਮ ਮੇਰੇ ਪਿੰਡ ਵਿੱਚ ਨਜਾਇਜ਼ ਹੋ ਰਿਹਾ ਜੀ। ਇਹਦੇ ਵਿੱਚ ਮੈਂ ਇੱਕ ਬੜੇ ਦੁੱਖ ਨਾਲ ਕਹਿਣ ਲੱਗਾ, ਮੇਰੀ ਅੰਦਰੋਂ ਆਤਮਾ ਨੂੰ ਝੰਝੋੜਾ ਵੱਜਦਾ ਕਿ ਸਾਹਿਬ ਬਹਾਦਰ ਜੀ, ਸਾਡੇ ਪਿੰਡ ਵਿੱਚ ਇਕੱਲਾ ਨਸ਼ਾ ਨਹੀਂ ਵਿਕਦਾ, ਸਾਡੇ ਪਿੰਡ ਦੇ 20 ਨੌਜਵਾਨ ਏਡਸ ਤੋਂ ਪੀੜਤ ਨੇ ਜੀ। ਮੈਂ ਪਹਿਲਾਂ ਉਹ ਫੜਾਂਗਾ ਕਿ ਪਿੰਡ ਵਿੱਚ ਹੋਰ ਬਿਮਾਰੀ ਨਾ ਫੈਲਾ ਦੇਣ, ਉਹਨਾਂ ਦੇ ਸ਼ੇਵਿੰਗ ਬਲੇਡ, ਉਹਨਾਂ ਦੇ ਨੇਲ ਕਟਰ, ਉਹਨਾਂ ਦੇ ਕਿਸੇ ਹੋਰ ਚੀਜ਼ ਦੇ ਨਾਲ ਕਿਤੇ ਪਰਿਵਾਰਾਂ ਦੇ ਪਰਿਵਾਰ ਨਾਲ ਗਰਕ ਜਾਣ। ਏਡਜ਼ ਕਿੱਥੋਂ ਆਈ ਜੀ? ਕਿਸੇ ਇੱਕ ਪੀੜਤ ਬੱਚੇ ਤੋਂ ਇੰਜੈਕਸ਼ਨ ਅੱਗੇ ਲਾ ਲਾ ਕੇ, ਜੇ ਨਹੀਂ ਤੇ ਮੈਂ ਤੁਹਾਨੂੰ ਮੈਡੀਕਲ ਕਰਾ ਕੇ 1 ਮਹੀਨੇ ਦੇ ਵਿੱਚ ਬੱਚੇ ਟਰੇਸ ਕਰਾ ਦਿਆਂਗਾ ਜੀ। ਮੇਰੇ ਪਿੰਡ 'ਚ 20 ਬੱਚੇ ਏਡਜ਼ ਤੋਂ ਪੀੜਤ ਨੇ, 1 ਹੁਣੇ ਸੰਸਾਰ ਤੋਂ ਜੀ ਇਸੇ ਬਿਮਾਰੀ ਨਾਲ ਗਿਆ ਜੀ। ਨਸ਼ਾ, ਮੈਂ ਆਪਣੇ ਪਿੰਡ ਦੇ ਬੱਚੇ ਨੂੰ ਬਾਹੋਂ ਫੜ ਲਵਾਂਗਾ ਕਿ ਬੇਟੇ ਆਪਾਂ ਗਲਤ ਰਾਹ ਨਹੀਂ ਜਾਣਾ, ਤੇ ਨਸ਼ਾ ਰੋਕਣਾ ਉਹ ਉੱਪਰ ਸਰਕਾਰਾਂ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਮੈਂ ਖਾਣ ਤੋਂ ਰੋਕ ਸਕਦਾ, ਮੈਂ ਉਹਨਾਂ ਨੂੰ ਦੁੱਧ ਘਿਓ ਮੁਹੱਈਆ ਕਰਾ ਸਕਦਾ, ਕੋਈ ਹੋਰ ਚੀਜ਼ ਖਾਣ ਵਾਲੀ ਉਹ ਦੇਵਾਂਗਾ, ਪਰ ਨਸ਼ੇ ਵਾਸਤੇ ਮੇਰਾ ਏਡਾ ਵੱਡਾ ਸਟੈਂਡ ਨਹੀਂ ਹੋਏਗਾ ਕਿ ਮੈਂ ਕਿਸੇ ਵੱਡੇ ਤਸਕਰ ਦੇ ਨਾਲ ਜਾ ਕੇ ਇਕੱਲਾ ਹੀ ਪੰਗਾ ਲੈ ਲਵਾਂ। ਪਰ ਮੈਂ ਆਪਣੇ ਪਿੰਡ ਮੋਰੇ ਪਹਿਰਾ ਲਾ ਦਿਆਂਗਾ, ਮੈਂ ਬੱਚੇ ਰੋਕ ਲਵਾਂਗਾ ਪਿੰਡ ਦੇ ਕਿ ਬੇਟੇ ਨਹੀਂ ਜਾਣਾ ਤੇ ਇੱਧਰ ਆਓ। 64 ਸਾਲ ਦਾ ਮੈਂ ਹੋ ਕੇ ਗਰਾਊਂਡ ਵਿੱਚ ਹਾਂ, ਖੇਡਾਂ ਵਤਨ ਦੀਆਂ ਦੇ ਵਿੱਚ ਮੈਂ ਹਿੱਸਾ ਲੈਣ ਲੁਧਿਆਣੇ ਜਾ ਰਿਹਾ ਜੀ। ਮੇਰੀ ਤਿਆਰੀ ਰਾਤ ਨੂੰ ਚੱਲਦੀ ਹੈ, ਦਿਨੇ ਮੈਨੂੰ ਕੰਮ ਜ਼ਿਆਦੇ ਸਨ, ਤੇ ਉਹਦਾ ਇੱਕ ਤੁਹਾਨੂੰ ਮੈਂ ਸਬੂਤ ਦੇ ਦਿਆਂਗਾ ਕਿ 64 to 65 ਸਾਲ ਦੀ ਉਮਰ 'ਚ ਮੈਂ ਗਰਾਊਂਡ 'ਚ ਹਾਂ ਤੇ ਤੁਸੀਂ ਕਿਉਂ ਨਹੀਂ ਆ ਰਹੇ? ਠੀਕ ਹੈ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੰਤ ਵਿੱਚ? ਮੈਂ ਬਸ ਇਹੀ ਹੈ ਜੀ, ਮੈਂ ਇਕੱਲਾ ਮੂੰਹ ਨਹੀਂ ਬੋਲਦਾ ਕਿ ਸਾਰਿਆਂ ਨੂੰ ਸਾਨੂੰ ਸ਼ਬਦ ਆਉਂਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਸਰਬੱਤ ਦਾ ਭਲਾ ਮੰਗਦਾ ਜੀ, ਮੈਂ ਇਨਵੈਸਟੀਗੇਟ ਪੜਤਾਲ ਨਹੀਂ ਕਰਾਂਗਾ ਕਿਹਨੇ ਮੈਨੂੰ ਵੋਟ ਪਾਈ ਕਿਹਨੇ ਨਹੀਂ ਪਾਈ। ਹਾਂ, ਜਿਹਨਾਂ ਨੇ ਨਹੀਂ ਪਾਈ ਉਹਨਾਂ ਨੂੰ ਮੈਂ ਇੱਕ ਸੰਦੇਸ਼ ਦੇਵਾਂਗਾ ਕਿ ਮੇਰੇ ਵਿੱਚ ਜੋ ਪਿਛਲੇ ਸਮੇਂ ਸਰਪੰਚੀ ਤੋਂ ਬਗੈਰ ਜੋ ਕੰਮ ਮੈਂ ਕਰਦਾ ਰਿਹਾ ਸਮਾਜ ਸੇਵਕ ਦੇ ਨਾਤੇ, ਜੇ ਉਹਨਾਂ 'ਚ ਕੋਈ ਕਮੀ ਹੈ ਮੇਰੇ ਸੁਭਾਅ 'ਚ ਨਿੱਜੀ ਤੌਰ ਦੇ ਉੱਤੇ, ਤੇ ਕਿਰਪਾ ਕਰਕੇ ਮੈਨੂੰ ਦੱਸ ਦਿਓ ਤਾਂ ਕਿ ਮੈਂ ਜ਼ਿੰਦਗੀ ਵਿੱਚ ਉਹਨੂੰ ਸੁਧਾਰ ਕੇ ਇੱਕ ਖੁਦ ਹੋਰ ਚੰਗਾ ਇਨਸਾਨ ਬਣ ਸਕਾਂ ਜੀ। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.